ਅੱਜ ਕਾਦੀਆਂ ਦੇ ਬਟਾਲਾ ਰੋਡ ਤੇ ਸਥਿਤ ਇੱਕ ਘਰ ਵਿੱਚ ਚੋਰਾਂ ਵੱਲੋਂ ਦਿਨ ਦਿਹਾੜੇ 50,000 ਦੀ ਨਕਦੀ ਅਤੇ ਸੋਨੇ ਚਾਂਦੀ ਦੇ ਗਹਿਣੇ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਰਿਸ਼ਤੇਦਾਰ ਅਤੇ ਮਕਾਨ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਅਤੇ ਮੇਰੀ ਘਰਵਾਲੀ ਪ੍ਰਾਈਵੇਟ ਸਕੂਲ ਵਿੱਚ ਟੀਚਰ ਦੀ ਨੌਕਰੀ ਕਰਦੇ ਹਾਂ। ਅੱਜ ਸਵੇਰੇ ਹੀ 8:30 ਵਜੇ ਜਦੋਂ ਉਹ ਸਕੂਲ ਚਲੇ ਗਏ ਤਾਂ ਉਹਨਾਂ ਦੇ ਵਾਪਸ ਆਉਣ ਤੇ ਉਹਨਾਂ ਦੇ ਘਰ ਦਾ ਦਰਵਾਜ਼ਾ ਟੁੱਟਾ ਹੋਇਆ ਸੀ। ਅੰਦਰ ਜਾ ਕੇ ਵੇਖਣ ਤੇ ਸਮਾਨ ਖਿਲਰਿਆ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਸਾਡਾ ਕਾਫੀ ਨੁਕਸਾਨ ਹੋਇਆ ਹੈ। ਇੱਕ ਸੋਨੇ ਦਾ ਸੈੱਟ, ਮੁੰਦਰੀ ਅਤੇ 50,000 ਰੁਪਏ ਅਤੇ ਕੁਝ ਹੋਰ ਸਮਾਨ ਵੀ ਚੋਰੀ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਕਿ ਸਾਨੂੰ ਸਾਡਾ ਸਮਾਨ ਵਾਪਸ ਮਿਲ ਜਾਵੇ। ਮੌਕੇ ਤੇ ਪੁੱਜੇ ASI ਬਲਕਾਰ ਸਿੰਘ ਨੇ ਦੱਸਿਆ ਕਿ ਸਾਨੂੰ ਇਹ ਜਾਣਕਾਰੀ ਘਰਦਿਆਂ ਵੱਲੋਂ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਆਪਾਂ ਉੱਥੇ ਗਏ ਸਵੇਰੇ 7:15 ਵਜੇ ਆਪਾਂ ਚਲੇ ਜਾਂਦੇ ਹਾਂ ਅਤੇ 2:30 ਵਜੇ ਆਪਾਂ ਆਉਂਦੇ ਹਾਂ। ਜਦੋਂ ਆਪਾਂ 2:30 ਵਜੇ ਆ ਕੇ ਵੇਖਿਆ ਸਾਡੇ ਘਰ ਦੇ ਦਰਵਾਜ਼ੇ ਜਿਹੜੇ ਮੇਨ ਟੁੱਟੇ ਹੋਏ, ਅੰਦਰ ਜਾ ਕੇ ਵੇਖਿਆ ਸਾਰਾ ਸਮਾਨ ਬਿਖਰਿਆ ਹੋਏਗਾ, ਬਾਰੀਆਂ ਬੁਰੀਆਂ ਦੇ ਲੋਕ ਟੁੱਟੇ ਹੋਏਗੇ ਕਿਉਂਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ। ਸੋਨੇ ਦਾ ਸੈੱਟ ਸੀਗਾ ਇੱਕ, ਫਿਰ ਵਿੱਚ ਸੈੱਟ ਕਾਂਟੇ ਕੂਟੇ, ਇੱਕ ਮੁੰਦਰੀ ਸੀ ਅੱਧੇ ਤੋਲੇ ਦੀ, ਉਹ ਨਾਲ 50,000 ਰੁਪਇਆ ਨਕਦੀ ਸੀ ਅਤੇ ਚਾਂਦੀ ਦੀਆਂ ਥੋੜ੍ਹਾ ਬਹੁਤਾ ਸਮਾਨ ਸੀਗਾ, ਪੰਜੇਬਾਂ ਵਗੈਰਾ, ਇਹ ਸਭ ਚੋਰੀ ਹੋ ਗਈਆਂ। ਕਿੰਨਾ ਕੁ ਨੁਕਸਾਨ ਹੋਇਆ, ਕਿੰਨੇ ਕੁ ਪੈਸੇ ਹੋਏਗਾ ਤੁਹਾਡਾ? ਨੁਕਸਾਨ 3-3.5 ਲੱਖ ਰੁਪਏ ਦਾ ਹੋਏਗਾ। ਕੀ ਚਾਹੁੰਦੇ ਕੀ ਤੁਸੀਂ? ਹੁਣ ਆਪਾਂ ਇਹ ਚਾਹੁੰਦੇ ਵੀ ਜਿਹੜੀਆਂ ਚੀਜ਼ਾਂ ਗਈਆਂ ਬਸ ਉਹੀ ਸਾਨੂੰ ਮਿਲ ਜਾਣ, ਚੋਰ ਫੜਿਆ ਜਾਏ ਅਤੇ ਬਸ ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਮੇਰੀ ਭਤੀਜੀ ਦਾ ਘਰ ਹੈ ਜੀ, ਅਤੇ ਅੱਜ ਸਵੇਰੇ ਮਤਲਬ 9 ਵਜੇ ਤੋਂ ਲੈ ਕੇ 1:30 ਦੇ ਵਿੱਚ ਹੀ ਮਤਲਬ ਚੋਰੀ ਹੋ ਗਈ ਆ। ਦਰਵਾਜ਼ਾ ਬਾਹਰ ਦਾ ਟੁੱਟਾ ਸੀ, ਅਸੀਂ ਸਾਹਮਣੇ ਗਲੀ 'ਚ ਬੈਠੇ ਸੀ, ਆਇਆ ਕੋਈ ਪਿੱਛੋਂ ਦੀ, ਅਤੇ ਨੁਕਸਾਨ ਮਤਲਬ ਇੱਕ ਮੁੰਦਰੀ ਅਤੇ ਸੈੱਟ ਸੀ, ਅਤੇ ਸੈੱਟ ਸੀ ਤਾਂ 50,000 ਨਕਦੀ। ਅਤੇ ਪੁਲਿਸ ਕੀ ਤੁਹਾਨੂੰ ਭਰੋਸਾ ਦੇ ਗਈ ਹੈ? ਪੁਲਿਸ ਆਈ ਚੈੱਕ ਕਰਕੇ ਮਤਲਬ ਆਪਣੇ ASI ਆਏ ਸਾਹਿਬ ਬਲਕਾਰ ਸਿੰਘ ਆਏ, ਚੈੱਕ ਕਰਕੇ ਚਲੇ ਗਏ। ਹਰਪ੍ਰੀਤ ਸਿੰਘ ਸਵੇਰੇ ਆਪਾਂ ਸਕੂਲ ਗਿਆ ਸੀ, ਮਗਰੋਂ ਸਵੇਰੇ 8 ਵਜੇ ਨਾਲ ਗਿਆ ਸੀ, 2:30 ਵਜੇ ਨਾਲ ਵਾਪਸ ਆਇਆ। ਜਦੋਂ ਆ ਕੇ ਵੇਖਿਆ ਇਹਦੇ ਮਕਾਨ ਦੇ ਤਾਲੇ ਟੁੱਟੇ ਸੀ, ਕੋਈ ਨਾਮ ਨੂੰ ਵਿਅਕਤੀ ਕੋਈ ਬਾਰੀਆਂ ਸਮਾਨ ਤੋੜ ਕੇ ਕਾਫੀ ਸਮਾਨ ਸੋਨੇ ਦਾ ਵਗੈਰਾ ਅੱਗੇ ਵਗੈਰਾ ਲੈ ਕੇ ਚੋਰੀ ਕਰਕੇ ਲੈ ਗਿਆ। ਇਸ ਸੰਬੰਧੀ ਕਹਿੰਦੇ ਲਿਸਟ ਬਾਕੀ ਬਾਅਦ 'ਚ ਦੇ ਦਿੰਦੇ। ਕੀ ਕਾਰਵਾਈ ਕਰ ਰਹੇ ਇੱਥੇ? ਜੋ ਮੁਲਾਜ਼ਮ ਕਾਰਵਾਈ ਬਣੀ ਮੈਂ ਕਰਾਂ।